ਸੁਖਵਿੰਦਰ ਕੌਰ ਤੁਹਾਡੇ ਆਸ਼ਾ ਵਰਕਰ ਹੈ ਜੀ, ਉਹਦਾ ਭਰਾ ਗੱਲ ਕਰਨਾ ਸਰ ਨਾਭੇ ਤੋਂ ਜੀ, ਮੈਂ ਬੇਨਤੀ ਕਰ ਰਿਹਾ ਸਰ ਤੁਹਾਨੂੰ, ਉਹਦਾ ਸਾਹ ਰੁਕ ਰਿਹਾ ਛਾਤੀ ਚ, ਉਹਦੇ ਦਰਦ ਹੈ, ਉਹਦੇ ਲਵੇ ਹੁਣ ਕੋਈ ਨੀ ਹੈਗਾ। ਰਜਿੰਦਰ ਸਿੰਘ ਤੁਹਾਡਾ ਸਿਪਾਹੀ ਆ ਸਰ, ਇਹਦੇ ਸਿਰ ਤੇ ਹੱਥ ਰੱਖੋ ਜੀ, ਇਹਦੇ ਬੱਚੇ ਨੇ ਛੋਟੇ ਛੋਟੇ। ਤਾਜ਼ਾ ਮਾਮਲਾ ਨਾਭਾ ਦੇ ਨਾਲ ਲੱਗਦੇ ਪਿੰਡ ਮਟੋਡੜਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਮਟੋਡੜਾ ਦੀ ਰਹਿਣ ਵਾਲੀ ਆਸ਼ਾ ਵਰਕਰ ਪਰਵਿੰਦਰ ਕੌਰ, ਜੋ ਕਿ ਡਿਊਟੀ ਦੌਰਾਨ ਕੋਰੋਨਾ ਵਰਗੀ ਮਹਾਂਮਾਰੀ ਤੋਂ ਪੀੜਤ ਪਾਈ ਗਈ ਹੈ, ਜਿਸ ਨੂੰ ਕਿ ਇਲਾਜ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਸੀ। ਇਹ ਘਟਨਾ 1 ਮਈ ਦੀ ਹੈ, ਪਰ ਹਸਪਤਾਲ ਵਿੱਚ ਆਸ਼ਾ ਵਰਕਰ ਪਰਵਿੰਦਰ ਕੌਰ ਦੀ ਹੁਣ ਦਿਨੋ ਦਿਨ ਹਾਲਤ ਖਰਾਬ ਹੁੰਦੀ ਜਾ ਰਹੀ ਹੈ। ਪਰਵਿੰਦਰ ਕੌਰ ਨੇ ਆਪਣੇ ਭਰਾ ਨੂੰ ਫੋਨ ਕੀਤਾ ਅਤੇ ਆਪਣਾ ਦੁੱਖ ਆਪਣੇ ਭਰਾ ਨੂੰ ਦੱਸਿਆ ਤੇ ਉਸਨੂੰ ਰੋਂਦੇ ਕਰਵਾਉਂਦੇ ਕਿਹਾ ਕਿ ਇੱਥੇ ਮੇਰਾ ਕੋਈ ਵੀ ਇਲਾਜ ਨਹੀਂ ਕਰ ਰਿਹਾ, ਸਗੋਂ ਦਿਨ ਪ੍ਰਤੀ ਦਿਨ ਮੇਰੀ ਹਾਲਤ ਹੋਰ ਵੀ ਖਰਾਬ ਹੁੰਦੀ ਜਾ ਰਹੀ ਹੈ ਅਤੇ ਮੈਨੂੰ ਸਾਹ ਲੈਣ ਵਿੱਚ ਵੀ ਦਿੱਕਤ ਆ ਰਹੀ ਹੈ ਅਤੇ ਇੱਥੇ ਨਾ ਹੀ ਰੋਟੀ ਮਿਲਦੀ ਹੈ। ਉਸਨੇ ਕਿਹਾ ਕਿ ਡਾਕਟਰ ਵੀ ਇੱਥੇ ਆਉਂਦੇ ਨੇ ਅਤੇ ਦੂਰ ਹੀ ਹਾਲ ਚਾਲ ਪੁੱਛ ਕੇ ਚਲੇ ਜਾਂਦੇ ਨੇ ਅਤੇ ਚੈੱਕ ਵੀ ਨਹੀਂ ਕਰਦੇ। ਪਰਵਿੰਦਰ ਕੌਰ ਨੇ ਰੋਂਦੇ ਹੋਏ ਕਿਹਾ ਕਿ ਅਸੀਂ ਤਾਂ ਲੋਕਾਂ ਦੀ ਸੇਵਾ ਕਰਦੇ ਕਰਦੇ ਇਸ ਬਿਮਾਰੀ ਨਾਲ ਪੀੜਤ ਹੋ ਗਏ ਹਾਂ, ਫਿਰ ਅੱਜ ਸਾਡੀ ਹੀ ਦੇਖਭਾਲ ਨਹੀਂ ਕੀਤੀ ਜਾ ਰਹੀ, ਅੱਜ ਸਾਡਾ ਹੀ ਇਲਾਜ ਨਹੀਂ ਹੋ ਰਿਹਾ। ਪਰ ਜਦੋਂ ਇਸ ਮਾਮਲੇ ਬਾਰੇ ਪਟਿਆਲਾ ਦੇ ਸਿਵਲ ਸਰਜਨ ਡਾਕਟਰ ਹਰੀਸ਼ ਮਲਹੋਤਰਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ, ਪਰ ਹੁਣ ਪਰਵਿੰਦਰ ਕੌਰ ਦੇ ਭਰਾ ਨੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਤੋਂ ਮਦਦ ਦੀ ਗੁਹਾਰ ਲਗਾਈਏ। ਸਰ ਮੈਂ ਰਜਿੰਦਰ ਸਿੰਘ ਗੱਲ ਕਰਦਾ, ਜਿਹੜੀ ਪਰਵਿੰਦਰ ਕੌਰ ਤੁਹਾਡੇ ਆਸ਼ਾ ਵਰਕਰ ਹੈ ਜੀ, ਉਹਦਾ ਭਰਾ ਗੱਲ ਕਰਦਾ ਸਰ ਨਾਭੇ ਤੋਂ ਜੀ, ਮੈਂ ਬੇਨਤੀ ਕਰ ਰਿਹਾ ਸਰ ਤੁਹਾਨੂੰ। ਮੈਂ ਮੇਰੀ ਸਿਸਟਰ ਦਾ ਮੈਨੂੰ ਫੋਨ ਆਇਆ ਕਿ ਵੀ ਉਹ ਰਾਤ ਦੀ ਤੰਗ ਹੈ, ਉਹਦਾ ਸਾਹ ਰੁਕ ਰਿਹਾ ਛਾਤੀ ਚ, ਉਹਦੇ ਦਰਦ ਹੈ, ਉਹਦੇ ਲਵੇ ਹੁਣ ਕੋਈ ਨੀ ਹੈਗਾ, ਬਲੱਡ ਉਹਦਾ ਬੀਪੀ ਉਹਦਾ ਚੈੱਕ ਕਰ ਲਿਆ ਗਿਆ ਤੇ ਉਹ ਵੀ ਆਪ ਹੀ ਕਰਕੇ ਦਿੱਤਾ ਉਹਨੇ, ਮਤਲਬ ਪਰੇ ਖੜੇ ਨੇ ਉਹਦਾ ਉਹਦਾ ਸਰ ਕੋਈ ਸਾਡੀ ਬੇਨਤੀ ਹੈ ਉਹਨੂੰ ਬਚਾਓ, ਉਹ ਤੰਗ ਹੈ ਜੀ। ਉਹ ਰਜਿੰਦਰਾ ਹਸਪਤਾਲ ਦੇ ਵਿੱਚ ਜਿਹੜਾ ਹੈਗਾ ਨਾ, ਉਹਨਾਂ ਦੀ ਹੀ ਉੱਥੇ ਐਡਮਿਨਿਸਟ੍ਰੇਸ਼ਨ ਹੈਗੀ ਆ। ਓਕੇ, ਠੀਕ ਹੈ ਜੀ, ਮੈਂ ਫੋਨ ਕਰਕੇ ਪਤਾ ਕਰ। ਦੇਖੋ ਸਰ, ਉਹਨੂੰ ਬੁਖਾਰ ਹੈਗਾ? ਨਹੀਂ ਨਹੀਂ ਸਰ, ਉਹਦਾ ਸਾਹ ਰੁਕ ਰਿਹਾ ਜੀ ਛਾਤੀ, ਜਿੱਦਾਂ ਕਿ ਕੋਰੋਨੇ ਵਾਲੇ ਨੂੰ ਲਾਸਟ ਸਟੇਜਾਂ ਤੇ ਹੁੰਦਾ ਜੀ, ਏਦਾਂ ਉਹਦੀ ਪੋਜੀਸ਼ਨ ਹੋਈ ਪਈ ਹੈ ਜੀ। ਕੋਈ ਨੀ, ਪਤਾ ਜੀ। ਸਰ ਇਹ ਦੇਖੋ ਤੁਹਾਡਾ ਸਿਪਾਹੀ ਹੈ ਜੀ, ਕਿੰਨੀ ਇਹਨੇ ਸੇਵਾ ਕੀਤੀ ਆ, ਛੋਟੇ ਬੱਚੇ ਨੇ ਜੀ, ਹਾਂਜੀ, ਇਸ ਕਰਕੇ ਸਰ ਦੇਖੋ ਜੀ, ਇਹ ਵੀ ਜੇ ਲੋਕਾਂ ਵਾਂਗ ਘਰ ਬਹਿ ਜਾਂਦੀ ਇਹਨੂੰ ਕਿਉਂ ਹੁੰਦੀ ਜੀ ਪ੍ਰੋਬਲਮ, ਇਹਨੇ ਲੋਕਾਂ ਦੀ ਸੇਵਾ ਕੀਤੀ ਆ, ਪਲੀਜ਼ ਸਾਡੀ ਹੱਥ ਬੰਨ ਕੇ ਪਰਿਵਾਰ ਵੱਲੋਂ ਬੇਨਤੀ ਹੈ ਜੀ। ਮੈਂ ਬ੍ਰਦਰ ਆ ਜੀ ਵੱਡਾ, ਰਜਿੰਦਰ ਸਿੰਘ ਤੁਹਾਡਾ ਸਿਪਾਹੀ ਆ ਸਰ, ਇਹਦੇ ਸਿਰ ਤੇ ਹੱਥ ਰੱਖੋ ਜੀ, ਇਹਦੇ ਬੱਚੇ ਨੇ ਛੋਟੇ ਛੋਟੇ। ਨਹੀਂ ਨਹੀਂ ਕੋਈ ਗੱਲ ਨਹੀਂ, ਬਹੁਤ ਦੁਖੀ ਆ ਸਰ। ਤੁਹਾਨੂੰ ਕਾਲ ਆਉਂਦੀ ਆ ਕਿ ਵੀ ਮੇਰੀ ਜਿਹੜੀ ਰਿਪੋਰਟ ਆ ਉਹ ਪੋਜ਼ਿਟਿਵ ਆ ਗਈ, ਤੇ ਉਸ ਤੋਂ ਬਾਅਦ ਮੇਰੀ ਹਜੇ ਗੱਲ ਹੀ ਹੋ ਰਹੀ ਸੀ, ਇਹਨਾਂ ਨੂੰ ਉੱਥੇ ਡਾਕਟਰਾਂ ਦੀ ਟੀਮ ਪਹੁੰਚ ਗਈ, ਟੀਮ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਰਹਿ ਗਈ ਜੀ ਆਪਣੇ ਇੱਥੇ ਜਿਹੜਾ ਰਜਿੰਦਰਾ ਹੋਸਪਿਟਲ ਹੈ ਉੱਥੇ ਜਾ ਕੇ ਉਹਨੂੰ ਐਡਮਿਟ ਕਰਤਾ। ਚਲੋ ਅਸੀਂ ਹਾਲ ਚਾਲ ਪੁੱਛਦੇ ਰਹੇ, 1 ਜੂਨ ਨੂੰ ਤਾਂ ਸ਼ਾਮ ਤੱਕ ਉਹ ਠੀਕ ਸੀਗੀ ਅਤੇ 2 ਜੂਨ ਨੂੰ ਵੀ ਉਹਦੇ ਨਾਲ ਗੱਲਬਾਤ ਹੋਈ ਅਤੇ ਕੱਲ੍ਹ ਉਹਦਾ ਦੁਪਹਿਰ ਤੋਂ ਬਾਅਦ ਜਿਹੜਾ ਸੀਗਾ ਉਹਦਾ ਸਾਹ ਘੁੱਟਣਾ ਸਟਾਰਟ ਹੋ ਗਿਆ ਅਤੇ ਉਹਨੇ ਉੱਥੇ ਗੱਲਬਾਤ ਕੀਤੀ ਡਾਕਟਰਾਂ ਨਾਲ ਵੀ ਮਤਲਬ ਜਿਹੜਾ ਹੈਗਾ ਮੇਰਾ ਸਾਹ ਘੁੱਟ ਰਿਹਾ, ਉਹਨੂੰ ਉਹੀ ਇੱਕ ਅੱਧੀ ਕੋਈ ਗੋਲੀ ਗਾਲੀ ਦਿੰਦੇ ਹੋਣੇ ਆ ਅਤੇ ਈਵਨ ਕੇਵਲ ਗੱਲ ਮੁਕਾ ਕੇ ਅੱਜ ਰਾਤ ਦੀ ਉਹ ਇੰਨੀ ਜ਼ਿਆਦਾ ਤੰਗ ਹੋ ਗਈ ਕਿ ਸੁਬਾਹ ਉਹਦੇ ਕੋਲ ਕੋਈ ਨਹੀਂ ਗਿਆ ਸੁਬਾਹ ਦਾ, ਜਿਹੜੀ ਉਹ ਕਹਿੰਦੀ 2-3 ਦਿਨ ਤੋਂ ਰੋਟੀ ਵੀ ਆ ਰਹੀ ਆ, ਉਹ ਸੜੀ ਵਾਲੀ ਜੀ ਰੋਟੀ ਆਉਂਦੀ ਆ, ਕਹਿੰਦੀ ਮੈਂ ਮਤਲਬ ਮੈਂ ਤੁਹਾਨੂੰ ਦੱਸਿਆ ਨਹੀਂ, ਕਹਿੰਦੀ ਮਤਲਬ ਇਸ ਟਾਈਮ ਮੈਂ ਖਾਈ ਖੂੰ, ਮੈਂ ਤਾਂ ਅੱਜ ਤੱਕ ਨਹੀਂ ਉਹ ਵੀ ਖਾਧੀ ਨੀਗੀ, ਸੁਬਾਹ ਦੀ ਕਹਿੰਦੀ ਮੈਂ ਇੰਨੀ ਤੰਗ ਹਾਂ ਕਿ ਮੇਰੇ ਕੋਲ ਕੋਈ ਨਹੀਂ ਆਉਂਦਾ, ਕਹਿੰਦੀ ਮੈਂ ਰੌਲਾ ਪਾਇਆ 3 ਵਾਰੀ ਮੈਂ ਕਹਿਤਾ, 3 ਵਾਰੀ ਕਹਿੰਦੀ ਇਹ ਬਸ ਦੂਰ ਖੜੇ ਨੇ, ਕਹਿੰਦੀ ਆ ਮੈਨੂੰ ਉਹ ਜਿਹੜੀ ਹੈਗੀ ਆ ਆਪਣੇ ਉਹਦੇ ਵਾਲੀ ਬੀ ਪੀ ਚੈੱਕ ਕਰਨ ਵਾਲੀ ਆ ਉਂਗਲੀ 'ਤੇ ਲਾਉਂਦੇ ਜਿਹੜੀ ਉਹ ਜਿਹੜਾ, ਅਤੇ ਉਹ ਕਹਿੰਦੀ ਮੈਨੂੰ ਦੇਤੀ ਵੀ ਇਹਦੇ ਨਾਲ ਤੂੰ ਸਾਨੂੰ ਚੈੱਕ ਕਰਕੇ ਦੇ ਦੇ, ਕਹਿੰਦੀ ਮੇਰਾ ਸਾਹ ਘੁੱਟ ਰਿਹਾ, ਦਰਦ ਮੇਰਾ ਮੇਰੇ। ਇਹੀ ਸਰਕਾਰ ਨੂੰ ਮੰਗ ਕਰਦਾ ਕਿ ਵੀ ਕਮ ਸੇ ਕਮ ਇਹ ਜਿਹੜਾ ਸਿਪਾਹੀ ਆ ਇਹ ਹੈਲਥ ਡਿਪਾਰਟਮੈਂਟ ਦੇ ਨਾਲ ਜੁੜੀ ਹੋਈ ਹੈ ਅਤੇ ਕਮ ਸੇ ਕਮ ਇਹਦੀ ਤਾਂ ਮਤਲਬ ਜਿਹੜੀ ਆ ਗਿਆ ਵੱਡੀ ਪਹਿਲ ਦੇ ਆਧਾਰ 'ਤੇ ਇਹਦੀ ਜਿਹੜੀ ਆ ਗਿਆ ਇਹਦੀ ਕੇਅਰ ਕੀਤੀ ਜਾਵੇ। ਮੈਂ ਆਪਣੇ ਇਹ ਮੋਢਿਆਂ 'ਤੇ ਗੋਢਿਆਂ ਤੋਂ ਬਹੁਤ ਦੁਖੀ ਸੀ, ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ, ਪਰ ਜਦ ਤੋਂ ਮੈਨੂੰ ਫਿਰ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ, ਸਿਰਫ 2.5-3 ਮਹੀਨੇ, ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ, ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ, ਮੈਂ ਇਹ ਤੇਲ 3 ਕੁ ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ,
तो मेरे बाल जिहड़े गंजपन पैना शुरू हो गया सी दोबारा आने लग गए। तो मैनू तो बड़ा फायदा दिता इसने। जे तुहानू भी किसी इस तरह की प्रॉब्लम का तुसीं सामना कर रहे हो तो यह तेल लाना ना भुलो। कितना कितनी असं अपने बालों करके शर्म फील करते हैं, कितनी सोसाइटी बैठे हैं कि कोई मजाक ना कर रहा है, पर थैंक्स टू फ्री लीव जिन्हें मेरा एक कॉन्फिडेंस बिल्ड किया, जिसे लगाने मैं मार्केट से बड़ा ही कॉन्फिडेंट हाँ और ये मैं बड़ा फायदा होया। तो मैं सर्वाइकल की भी दिक्कत सी, तो वह भी मैं बड़ा रिलीफ मिले। यूज़ करो तो मैं प्रैक्टिकल यूज़ कर रहा।